ਇਹਨਾਂ ਦਾ ਸੌਦਾ ਨਜ਼ਰ ਆ ਰਿਹਾ। ਇਹ ਕਿਤਾਬਾਂ ਦੇ ਵਿੱਚ ਕੀ ਲੱਭਣ ਜਾ ਰਿਹਾ? ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ, ਜਿਹੜੇ ਸੁਲਤਾਨ ਬਹੁਤ ਰਮਤ ਲੱਭਣ ਮੈਂ ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ। ਜ਼ਾਲਮ ਨਫਸ ਨਾ ਮਰਦਾ ਹੋ, ਬਾਅਦ ਫਕੀਰਾਂ ਕਿਸਨੇ ਮਾਰਿਆ ਹੈ ਜ਼ਾਲਮ ਚੋਰ ਦਾ? ਇਹ ਅੱਲਾ ਦੇ ਫਜ਼ਲਾਂ ਦੇ ਨਾਲ ਮਰਦਾ ਵੇ ਆਖੋ ਨਾ ਰੋਟੀਆਂ ਕੱਢ ਕੇ ਲਾਓ ਤੇ ਇਹ ਜਿਹਨੇ ਕਰੋ ਕਿਤਾਬਾਂ ਪੜ੍ਹੋ ਨਹੀਂ ਨਹੀਂ ਪੜ੍ਹਦਾ। ਆਲਮਾਂ ਕੋਲ ਮਰ ਮਰਦਾ, ਆਲਮਾਂ ਦੇ ਉੱਪਰ ਚੜਿਆ ਹੁੰਦਾ, ਆਲਮਾਂ ਦੇ ਸਿਰਿਆਂ ਦੇ ਉੱਪਰ ਚੜਿਆ ਹੁੰਦਾ, ਬਾਕੀ ਨੇ ਫਿਰ ਭਜੇਟਾ ਹੁੰਦਾ ਇਹਨਾਂ ਦੇ ਉੱਪਰ ਹੁੰਦਾ ਹੈ। ਇੱਕ ਬਜ਼ੁਰਗ ਸਨ ਤਾਂ ਉਹਨਾਂ ਨੇ ਕਿਹਾ, ਦੁਆ ਕੀਤੀ ਅੱਲਾ ਤਾਲਾ ਆ ਗਿਆ ਕਿ ਆਲਮ ਆ ਮੈਂ ਸ਼ੈਤਾਨ ਨੂੰ ਦੇਖਣਾ ਚਾਹੁੰਦਾ। ਸੁਭਾਨ ਅੱਲਾਹ ਪੜ੍ਹੇ ਜਿਹੜੇ ਬਜ਼ੁਰਗ ਉਹ ਅੱਗੇ ਜਨਾਬੀ ਘੋੜੇ ਤੇ ਚੜਿਆ ਤੇ ਲਗਾਵਾਂ ਪਾਈਆਂ ਤੇ ਕੱਚਾ ਮਾਰੀਆਂ ਤੇ ਤਹਿ 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 ਹਜ਼ੂਰ ਸਲਾਮ ਕੀਤਾ। ਮੈਂ ਕੌਣ ਹੈ ਤੂੰ? ਤੇ ਕੋਈ ਨੁਸਤ ਆਉਂਦੀ ਹੈ ਅੱਲਾਹ ਵਾਲੇ ਨੂੰ ਪਛਾਣ ਮਿਲਿਆ ਬਈ ਇਹ ਮਹਾਨ ਗੈਰ ਹੈ, ਮੁਹੰਮਦ ਦੀ ਫਰਾਸ ਸੇ ਡਰੋ ਨਾ, ਖੁਦਾ ਕੀ ਖੁਸ਼ੀ ਦੇ ਉਹਨੂੰ ਪਛਾਣ ਮਿਲਿਆ ਬਈ ਇਹ ਬੰਦਾ ਗੈਰ ਹੀ ਹੈ। ਜਦ ਤੂੰ ਕੌਣ ਹੈ? ਤੇਰੇ ਕੋਲ ਬਦਬੋ ਆਉਂਦੀ ਹੈ, ਮਿਸ਼ਕ ਆਉਂਦੀ ਹੈ, ਤੂੰ ਤਾਂ ਬੜੀ ਗੰਦੀ ਚੀਜ਼ ਹੈ। ਉਹਨੇ ਹਜ਼ਰਾ ਖਾਸ ਸ਼ੰਕਰ ਕੇ ਮਰ ਗਈ, ਮੈਨੂੰ ਮਿਲਣਾ ਹੀ ਨਹੀਂ ਹੈ ਤਾਂ ਹੁਣ ਮੈਂ ਆਇਆ ਤੁਹਾਨੂੰ ਬਦਬੋ ਆਉਣ ਲੱਗ ਗਈ। ਅੱਲਾਹ ਅੱਗੇ ਦੁਆਵਾਂ ਕਰਦੇ ਰਹੇ ਹੋ ਮੈਂ ਮਿਲਣਾ ਉਹਨੂੰ, ਤੇ ਜੇ ਮੈਂ ਮਿਲਿਆ ਤਾਂ ਹੁਣ ਤੁਹਾਨੂੰ ਬਦਬੋ ਆਉਣ ਲੱਗ ਗਈ। ਉਹਨੇ ਕਿਹਾ ਅੱਛਾ ਤੂੰ ਉਹ ਆਉਂਦਾ ਜਾਂ ਮੈਂ ਹੋਈ? ਉਹਨਾਂ ਕਹਿੰਦੀ ਲਗਾਵਾਂ ਵੀ ਚੁੱਕੀਆਂ ਨੇ। ਉਹਨਾਂ ਕਹਿ ਜੀ ਇਹ ਫਲਾਣੇ ਬਾਦਸ਼ਾਹ ਨੂੰ, ਇਹ ਫਲਾਣੇ ਬਜ਼ੁਰਗ ਨੂੰ ਪਾਣੀ ਹੈ, ਫਲਾਣੇ ਬਜ਼ੁਰਗ ਨੂੰ ਪਾਣੀ ਹੈ, ਫਲਾਣੇ ਮੌਲਵੀ ਨੂੰ ਪਾਣੀ ਹੈ, ਫਲਾਣੇ ਨੂੰ ਪਾਣੀ ਹੈ। ਆਪ ਕਿਉਂਕਿ ਆਪਣੇ ਵਕਤ ਦੇ ਬਹੁਤ ਕਾਬਲ ਬਜ਼ੁਰਗ ਸਨ, ਬਾਦਸ਼ਾਹ ਵਕਤ ਵੀ ਆਪਦਾ ਮਰੀਜ਼ ਸੀ। ਆਪ ਨੇ ਆਦਰਾ ਮਜ਼ਾਕ ਪੁੱਛਿਆ ਵੀ ਮੇਰੇ ਵਾਸਤੇ ਕਿਹੜੀ ਬਣਾਈ ਆ? ਉਹਨਾਂ ਕਹਿੰਦੀ ਹਾਂ ਤੁਹਾਡੇ ਵਾਸਤੇ ਮੈਂ ਬਣਾਈ ਨਹੀਂ, ਤੁਹਾਨੂੰ ਤਾਂ ਮੈਂ ਪਾਈ ਹੀ ਆ ਲਗਾ। ਹਾਂ ਮੈਨੂੰ ਪਾਈ ਉਹਨਾਂ ਕਿ ਹਾਂ ਮੈਂ ਕਿਹੜੀ? ਉਹਨਾਂ ਕਿਹਾ ਬਾਦਸ਼ਾਹ ਦੇ ਕੋਲ ਜਿਹੜੇ ਬਹਿੰਦੇ ਨੇ ਜਾ ਕੇ ਤੇ ਉਹ ਖੱਬੇ ਪਾਸੇ ਜਿਹੜੀ ਚੀਜ਼ ਪੈਂਦੀ ਉੱਠਦੀ ਹੈ ਤੁਹਾਡੇ ਅੰਦਰ। ਜਿਸ ਤਰ੍ਹਾਂ ਆਪ ਬਾਦਸ਼ਾਹ ਕੋਲ ਜਾਂਦੇ ਸੀ ਤਾਂ ਬਾਦਸ਼ਾਹ ਉਹ ਕੋਲ ਆਉਂਦਾ ਸੀ, ਆਪ ਉਹ ਤਖਤੀ ਇੱਧਰ ਹੋ ਜਾਂਦਾ ਸੀ ਤੇ ਆਪ ਨੂੰ ਬਿਠਾ ਦਿੰਦਾ ਸੀ। ਆਪ ਦੇ ਖਿਆਲ ਆਉਂਦਾ ਸੀ ਕਿ ਮੇਰੀ ਕਿਤਨੀ ਇੱਜ਼ਤ ਕਿੱਦਾਂ ਸੀ। ਉਹਨਾਂ ਕਿਹਾ ਮੈਂ ਪਾਈ ਹੀ। ਉਹਨਾਂ ਆਖਿਆ ਤੂੰ ਵਾਹ ਕੀ ਪਾਈ ਹੈ? ਪਰ ਮੈਂ ਹੁਣ ਮਰਦ ਹੋਇਆ ਤੈਨੂੰ ਲਾਂ ਕੇ ਦੱਸਾਂ। ਉਹਨਾਂ ਆਖਿਆ ਜੀ ਮੈਂ ਵੀ ਬੰਦੇ ਦਾ ਪੁੱਤਰ ਹੋਇਆ ਤੁਹਾਨੂੰ ਮੈਂ ਦੱਸਾਂ ਕੌਣ ਹੈ ਤੁਸੀਂ ਲਾਈ ਦੇ ਤੱਕਾਂਗਾ ਮੈਂ ਨਾ ਹੋ ਬਸ ਤੁਸੀਂ ਜਨਾਬ ਨਮਾਜ਼ ਪੜ੍ਹੀ ਦੱਸੀ ਦੇ ਜਨਾਬ ਪੰਜਰਖਾਨੇ ਚਲੇ ਗਏ। ਉਹ ਹੱਥ ਬੰਨ ਕੇ ਖਲੋ ਗਏ, ਜਨਾਬ ਸਾਡੀ ਰੋਜ਼ੀ ਦਾ ਮਸਲਾ ਤੁਸੀਂ ਕਿਤੇ ਸਿਰ ਸਿਰ ਆ ਗਏ। ਉਹਨਾਂ ਆਖਿਆ ਨਹੀਂ ਮੈਂ ਪੈਸੇ ਤੁਹਾਨੂੰ ਦੇਣਾ ਤਾਂ ਮੰਨ ਚਲਿਆ ਬਾਦਸ਼ਾਹ ਕੋਲ ਤਾਂ ਤੁਸੀਂ ਚਾਹ ਲਗੇ ਆ ਗਏ। ਬਾਦਸ਼ਾਹ ਪੁੱਛਿਆ ਤੁਸੀਂ ਕਿੱਧਰ ਆ ਰਹੇ ਹੋ ਸਿਰੇ ਸਿਰੇ? ਤਾਂ ਤੁਸੀਂ ਆ ਗਏ ਜੀ, ਤੁਹਾਡੇ ਪੀਰ ਸਾਹਿਬ ਨੇ ਸਾਡਾ ਬੜੇ ਪੈਸੇ ਨਹੀਂ ਦਿੰਦੇ, ਰੋਜ਼ ਸਾਡੇ ਕੋਲ ਆਉਂਦੇ ਅਤੇ ਸਾਨੂੰ ਪੈਸੇ ਨਹੀਂ ਦਿੰਦੇ। ਮੈਂ ਜਨਾਬ ਅਸੀਂ ਆ ਸਕਦੇ ਹਾਂ? ਉਹਨਾਂ ਕਿਹਾ ਮੈਂ ਤੁਹਾਨੂੰ ਕਹਿੰਦਾ ਮੈਂ ਪੈਸੇ ਤੁਹਾਨੂੰ ਦੇਣਾ ਵੀ ਹੋਰ ਵੀ ਦਵਾ ਸਕਦਾ। ਉਹਨੂੰ ਪੈਸੇ ਚਾਹੀਦੇ ਨੇ ਕੰਜੇ ਨੂੰ ਸਵੇਰੇ ਜਿਵੇਂ ਹੀ ਆਪ ਬਾਦਸ਼ਾਹ ਕੋਲ ਗਏ, ਬਾਦਸ਼ਾਹ ਉੱਠਿਆ ਆਪ ਬਹਿ ਗਏ ਕਿਸੇ ਦਾ ਦਰਵਾਜ਼ਾ ਖੜਕਿਆ ਅਤੇ ਵਜ਼ੀਰ ਨੂੰ ਕਿਹਾ ਬਾਦਸ਼ਾਹ ਨੇ ਦੇ ਕੌਣ? ਉਹਨਾਂ ਕਿਹਾ ਬਾਹਰ ਕੰਜਰ ਆ ਜਾਂਦਾ, ਉਹ ਵੀ ਪੱਟੇ ਕਿੱਧਰ ਆ ਗਏ? ਉਹ ਕਹਿੰਦੇ ਬਈ ਪੀਰ ਸਾਹਿਬ ਕੋਲ ਵੀ ਲੈਣਾ। ਪੀਰ ਸਾਹਿਬ ਕੋਲ ਮੇਰੇ ਕੋਲ ਕੀ ਲੈਣਾ? ਬਕਵਾਸ ਕਰਦੇ, ਮਾਰੋ ਉਹਨਾਂ ਨੂੰ ਚੰਡਾ। ਉਹ ਹਜ਼ਰ ਸਾਹਿਬ ਨੇ ਨੀਚੇ ਹਿੱਸਾ ਰੱਖਦੇ, ਸ਼ਰਮਿੰਦਗੀ ਜਿਸ ਨਹੀਂ ਆਉਂਦੀ ਬੰਦੇ ਨੂੰ। ਬਾਦਸ਼ਾਹ ਜੀ ਨਜ਼ਰ ਮਾਰੀ ਨਾ ਪੀਰ ਸਾਹਿਬ ਨੇ ਵਿੱਚ ਚਲੇ। ਵਜ਼ੀਰ ਆ ਇਹ ਤਾਂ ਕੋਈ ਮਤਲਬ ਚੋਰ ਨਜ਼ਰ ਆਏ ਪੀਰ ਸਾਹਿਬ ਨਹੀਂ ਨਾ ਬਾਕੀ ਚੋਰ ਨਜ਼ਰ ਆਏ। ਮੈਂ ਕਿਹਾ ਫਿਰ? ਉਹਨਾਂ ਨੇ ਗਰਦਨ ਲਾ ਦੇ। ਉਹਨਾਂ ਕਿਹਾ ਵਜ਼ੀਰ ਤੇ ਅੱਗੇ ਜਨਾਬ ਵਿੱਚ ਚੀਜ਼ ਥੋੜ੍ਹੀ ਸਜ਼ਾ, ਇਹਨਾਂ ਦੇ ਨਾਲ ਇਹ ਕਰੋ ਕਿ ਇਹਨਾਂ ਦਾ ਮੂੰਹ ਕਰੋ ਕਾਲਾ ਤੇ ਖੁਦ ਦਬਾ ਲਓ ਤੇ ਢੰਡੋਰਾ ਦੇ ਦੇ ਜਾ। ਇਹ ਉਹ ਬਜ਼ੁਰਗ ਨੇ ਪੀਰ ਨੇ ਜਿਹੜੇ ਕਦਰਾਂ ਦੇ ਗਾਲ ਜਾਂਦੇ ਨੇ ਗਲਤੀ ਕਦਾਰੀ ਬਚਾਈ ਪੀਰਾਂ ਦਾ ਨਾਮ ਕਰ ਦਿੱਤਾ। ਉਹ ਜਨਾਬ ਜੀ ਬਾਦਸ਼ਾਹ ਕੀ ਕਰੂੰ ਕਾਲਾ ਕਰ ਦਿੱਤਾ, ਦਾੜੀ ਬਣਾ ਆਪਦੀ ਮੁੰਡ ਦਿੱਤੀ ਗਈ, ਸਿਰ ਵੀ ਮੁੰਡ ਦਿੱਤਾ ਗਿਆ, ਸਿਰ ਵੀ ਕਾਲਾ ਕੀਤਾ, ਮੂੰਹ ਵੀ ਕਾਲਾ ਕੀਤਾ, ਨੋਲਾ ਦਿੱਤਾ, ਬੱਚੇ ਛੋਟੇ ਛੋਟੇ ਚਲਾ ਦਿੰਦੇ, ਉਹਨਾਂ ਨੂੰ ਪੱਥਰ ਮਾਰਦੇ ਸਨ। ਅੱਜ ਇਹ ਉਹ ਪੀਰ ਨੇ ਜਿਹੜੇ ਇਹ ਕੰਮ ਕਰਦੇ ਨੇ, ਇਹ ਪੀਰ ਨੇ ਟਨੋਰਾ ਦੇ ਕੇ ਸ਼ਾਮ ਨੂੰ ਜਿਹੜਾ ਆਪਦਾ ਖੋਤਾ ਬਾਹਰ ਦੇ ਗ੍ਰਹਿਣ ਜੰਗਲ ਸਾਈਡ ਦਾ ਅਗਰ ਸ਼ੈਤਾਨ ਜਿਹੜਾ ਸੀ ਮਿੱਟੀ ਬਾਹਰ ਮੈਂ ਮੇਰਾ ਪੱਠਾ ਬਾਗੜਾ ਦਿੱਤੇ। ਅੱਜ ਤੁਹਾਡਾ ਉਹ ਮੁਕਾਮ ਹੈ ਜਿਹੜਾ ਇੱਥੇ ਰੂਹੇ ਜ਼ਮੀਨ 'ਚ ਕਿਸੇ ਇਨਸਾਨ ਪਟਾ ਦੇ ਆਪਣੀ ਅਸਤੀ ਕੋ ਅਗਰ ਮਤ ਬਚਾਏ ਕਿ ਦਾਨਾ ਖਾਦ ਮੇਂ ਮਿਲ ਕਰ ਗੁਰੂ ਗੁਰਦਾਰ। ਹਜ਼ਰਤ ਇਹ ਆਪਣੀ ਖੁਦੀ ਨੂੰ ਮਿਟਾਉਣਾ ਬੜਾ ਔਖਾ ਕੰਮ ਹੈ, ਇਹ ਚੜਦਾਰੀ ਆਉਂਦੀ ਹੈ ਥੋੜ੍ਹੀ ਜਿਹੀ ਆਉਂਦੀ ਤਾਂ ਹੋਏ ਐਂ ਕਰਦੇ ਆਪਣੇ ਆਪ ਨੂੰ ਮਿਟਾ ਦੇਣਾ ਪਾਰਾ ਹੋਰ ਰੱਬੂ।
ਇਤਨਾ ਕਮਾਲ ਮਤਲਬ ਉਸੇ ਵਿੱਚ ਹੋਇਆ, ਫਿਰ ਆਪਣੀ ਖੁਸ਼ੀ ਮਿਟਾ ਕੇ ਬੈਠੇ ਹੋਇਆ, ਇਹ ਅੱਲਾਹ ਸੁਭਾਨਗੀਰੀ ਇਹੀ ਹੈ, ਸ਼ਰੀਰ ਦੇ ਮੁਤਾਬਕ ਜ਼ਿੰਦਗੀ ਨੂੰ ਗੁਜ਼ਾਰਨਾ ਤੇ ਉਸਨੂੰ ਮੰਨਣ ਲਗਾ ਪਾਈ ਰੱਖਣਾ। ਹਾਂਜੀ, ਮਰਦ ਪਾਇ ਤਾਰ ਨਾਲ ਬੰਦਬ ਸੇ ਪਾ ਬਾਗੁਜ਼ਰ ਸਾਹਿਬ ਦੀ ਸੋਭਾ ਸਾਹਿਬ ਹੀਰ ਸਹਾਰੇ ਤੇ ਕੰਟਰੋਲ ਹਾਸਲ ਕਰ ਲੈਣਾ ਮਰਦਾਨੀ ਦਾ ਉਹੀ ਮਕਾਮ। ਅੱਲਾਹ ਤਾਲਾ ਇਹਨਾਂ ਨੂੰ ਅੱਛੀ ਸਮਝਦਾ ਹੁੰਦਾ। ਇਹਨਾਂ ਨੂੰ ਥੋੜ੍ਹਾ ਜਿਹਾ ਦੱਸੋ ਜੀ, ਉਹ ਮੇਕਾਇਲ ਸਾਹਿਬ ਦਾ ਵਾਕਿਆ ਅਤੇ ਬਾਬਾ ਸੰਗ ਅਤੇ ਆਪਾਂ ਬੜਾ ਪ੍ਰੈਕਟੀਕਲ ਦੀ ਜ਼ਿੰਦਗੀ ਦੇ ਤਿਆਰ ਆਪਣੀ ਅੱਛੀ ਕਾਰਕਰਦਗੀ ਜਿਹੜੀ ਹੈ ਮੇਰੇ ਦੀ ਬੇਤਸਰ ਹੋ ਗਿਆ, ਉਹਨਾਂ ਨੇ ਮੈਨੂੰ ਅਵਾਰਡ ਸਾਰੇ ਪਾਕਿਸਤਾਨ। ਇਸੇ ਦਾ ਅਸੀਂ ਵੀ ਮਤਲਬ ਹੈ ਕਿ ਇਹ ਅਸੀਂ ਤਰੱਕੀ ਕਰਦੇ ਰਹਿੰਦੇ ਹਾਂ, ਜਿਸਦਾ ਅਸੀਂ ਬੇਤਸਰ ਹੁੰਦੇ ਹਾਂ ਉਸ ਦੀ ਕਾਰਕਰਦਗੀ ਦੀ। ਜਿਸ ਅੱਗੇ ਅੱਜ ਆਪਣੇ ਖਾਨ ਸਾਹਿਬ ਦੀ ਮਾਸ਼ਾਅੱਲਾ ਮੁਤਸਰ ਹੋਏ, ਮੈਂ ਕਾਫੀ ਦਿਨ ਮੁਤਸਰ ਕਿ ਮਾਸ਼ਾਅੱਲਾ ਥੋੜ੍ਹੇ ਜਿਹੇ ਅਰਸੇ ਵਿੱਚ ਇਹਨਾਂ ਨੇ ਬਹੁਤ ਅਲਾ ਕਾਰਕਰਦਗੀ ਕੀਤੀ ਹੈ। ਅੱਲਾਹ ਤਾਲਾ ਉਹਨਾਂ ਨੂੰ ਮਤਲਬ ਹੈ ਕਿ ਖਿਲਾਫਤ ਜਿਹੜੀ ਹੈ ਇੱਕ ਮਾਮੂਲੀ ਦੀ ਚੀਜ਼ ਹੈ, ਖਿਲਾਫਤ ਮਾਮੂਲੀ ਦੀ ਚੀਜ਼ ਨਹੀਂ ਹੈ, ਬਹੁਤ ਬੜੀ ਚੀਜ਼ ਹੈ। ਲੇਕਿਨ ਇਹ ਵੀ ਨਹੀਂ ਹੈ ਕਿ ਉਹ ਜਿਸ ਵਕਤ ਨੂੰ ਖਿਲਾਫਤ ਦਿੱਤੀ ਜਾਂਦੀ ਹੈ ਉਹ ਕਾਮਲ ਹੋ ਜਾਂਦਾ, ਕਾਮਲ ਵੀ ਨਹੀਂ ਹੁੰਦਾ। ਲੇਕਿਨ ਅਗਰ ਨਾ ਵੀ ਕਾਮਲ ਹੋਵੇ ਉਸਦੇ ਨਾਲ ਜਿਹੜਾ ਉਸਨੂੰ ਮਤਲਬ ਅਟੈਚ ਕਰ ਦਿੱਤਾ ਜਾਂਦਾ, ਉਹ ਤਾਰਾਂ ਦੋ ਜਿਹੜੀਆਂ ਅਟੈਚ ਕਰ ਦਿੱਤੀਆਂ ਜਾਂਦੀਆਂ, ਜਿਹੜਾ ਉਹ ਕਬਰ ਵਿੱਚ ਜਾਂਦਾ ਉਹ ਆ ਦੇ ਨਾਲ ਹੋ ਜਾਂਦੀ, ਉਸਨੂੰ ਹਰ ਚੀਜ਼ ਜਿਹੜੀ ਆ ਉਸਦੇ ਉੱਪਰ ਮਤਲਬ ਵਗਦ ਹੋ ਜਾਂਦੀ ਹੈ। ਮਤਲਬ ਦੁਨੀਆਂ ਦੇ ਵਿੱਚ ਹੋਊਗਾ ਜਾਂ ਮਰੇਗਾ ਇਨਸ਼ਾਅੱਲਾ, ਅਗਰ ਕਿਸੇ ਵਜ੍ਹਾ ਨਾਲ ਕੋਈ ਰਹਿ ਵੀ ਜਾ ਚੀਜ਼ ਇਨਸ਼ਾਅੱਲਾ ਉਸਦੀ ਉੱਥੇ ਜਾ ਕੇ ਸਾਰੀ ਕੰਪਲੀਟ ਹੋ ਜਾਏਗਾ ਔਰ ਉਹ ਉਸਦੇ ਕੋਲ ਲੋਕ ਰਹਿ ਦਸਾਨ ਜੀ। ਇਸ ਵਾਸਤੇ ਸੁਖ ਸਾਹਿਬ ਨੇ ਮਾਸ਼ਾਅੱਲਾ ਜਰਸੇ ਦੇ ਬਹੁਤ ਬੜੀ ਮੁਹੱਬਤ ਦਾ ਬਹੁਤ ਬੜੀ ਕੁਵਤ ਦਾ ਨਜ਼ਾਰਾ ਕੀਤਾ। ਅਸੀਂ ਇਹਨਾਂ ਨੂੰ ਆਪਣੀ ਤਰਫ ਸਾਨੂੰ ਜੋ ਪੈਗਾਮ ਮਿਲਿਆ ਅੱਲਾਹ ਦਾ ਕਰਨੇ ਦਾ ਕਰਾਮ ਦਾ, ਅਸੀਂ ਇਹਨਾਂ ਨੂੰ ਵੀ ਇਜਾਜ਼ਤ ਦਿੰਦੇ ਹਾਂ ਕਿ ਅੱਲਾਹ ਦਾ ਕਰਿਆ ਕਰਨ ਔਰ ਕਰਾਇਆ ਕਰਨ ਔਰ ਦੂਸਰੇ ਲੋਕਾਂ ਨੂੰ ਬਣਾ ਸਾਰੇ ਦੋਸਤ ਜਿਹੜੇ ਮਿਲ ਕੇ ਕਰਨ ਸਾਰੇ ਦੁਆ ਕਰੋ ਮਾਸ਼ਾਅੱਲਾ ਅੱਲਾਹ ਤਾਲਾ ਸਲਾਮਤ ਦਾ ਫਰਮਾਏ ਗਿਆ ਔਰ ਇਹ ਜਿਹੜਾ ਕਰਨਾਮ ਹੈ ਕਿ ਦੂਸਰਿਆਂ ਦੁੜੀ ਆਮ ਕਰਨ ਜ਼ਰੂਰੀ ਨਹੀਂ ਕਿ ਹਰ ਇੱਕ ਦਾ ਫੈਸ ਜਿਹੜਾ ਜਾਰੀ ਹੋ ਜਾਂਦਾ, ਬਾਅਦ ਨਹੀਂ ਵੀ ਆਉਂਦਾ, ਲੇਕਿਨ ਫਿਰ ਵੀ ਉਹਨਾਂ ਦੇ ਕੋਲੋਂ ਉਹਦੀ ਸ਼ਕਲਾਂ ਦੇ ਕੋਲੋਂ ਉਹਨਾਂ ਦੀ ਰੂਹਾਂ ਕੋਲੋਂ ਫੈਸ ਦਿੱਤੇ ਜਾਏ ਭਜਾਇਆ ਜਾਂਦਾ। ਇਹ ਅਜੀਬ ਮਤਲਬ ਕੰਮ ਹੈ, ਇਹ ਇਨਸਾਨ ਨੂੰ ਆਸਤਾ ਆਸਤਾ ਪਤਾ ਚੱਲਦਾ, ਉਸਦੀ ਬਾਡੀ ਦੇ ਕੋਲੋਂ ਮਤਲਬ ਕੰਮ ਲਿਆ ਜਾਂਦਾ, ਉਸਦੀ ਬਾਡੀ ਨੂੰ ਅਗਰ ਆ ਗਿਆ ਉਹਦੇ ਜਿਹੜੇ ਨਾਲ ਦੁਆ ਕੀ ਨੂੰ ਉਸ ਨੂੰ ਫੈਸ ਲਾ ਦੇ। ਅੱਲਾਹ ਨਾਰਾਇਣ ਮੁਸਤਫਾ।
حقیقت ہے کہ یہ بڑی اللہ تعالیٰ نے بڑا خاص فضل کرم ہے کہ جس نے سان یہ سچی محبت عطا فرمائی ہے ایسا کچھ تھیا ہمارا دنیا دے وچ تو مطلب ہے کہ انودگی